ਹੈਲੋ एवरीवन ਅੱਜ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਲੈਸਨ ਨੰਬਰ 3 ਸਾਇੰਸ ਦਾ ਇਹ ਸਾਡੀ 3rd ਵੀਡੀਓ ਹੈ ਮੈਰਿਟੋਰੀਅਸ ਐਂਟ੍ਰੈਂਸ ਪ੍ਰੇਪਰੇਸ਼ਨ ਦੇ ਲਈ ਸੋ ਅੱਜ ਅਸੀਂ ਕਰਨ ਜਾ ਰਹੇ ਹਾਂ ਮੈਟਲਸ ਐਂਡ ਨਾਨ ਮੈਟਲਸ ਤਾਤਾਂ ਅਤੇ ਅਤਾਤਾਂ ਇਸ ਚੈਪਟਰ ਦੇ ਜਿਹੜੇ ਇੰਪੋਰਟੈਂਟ ਟੌਪਿਕਸ ਨੇ ਜਿਨ੍ਹਾਂ ਤੋਂ MCQ ਬਣ ਸਕਦੇ ਨੇ ਉਹ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਸਾਡੀ ਪਹਿਲੀਆਂ ਦੋ ਵੀਡੀਓ ਨਹੀਂ ਦੇਖੀਆਂ ਤਾਂ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੇਗਾ ਤੁਸੀਂ ਪਹਿਲਾਂ ਜਾ ਕੇ ਉਹ ਵੀਡੀਓਜ਼ ਦੇਖ ਸਕਦੇ ਹੋ ਤੇ ਉਹਨਾਂ ਵੀਡੀਓਜ਼ ਦੇ ਰਿਲੇਟਿਡ ਟੈਲੀਗ੍ਰam ਚੈਨਲ ਦੇ ਉੱਤੇ ਟੈਸਟ ਅਪਲੋਡ ਕੀਤੇ ਗਏ ਨੇ ਐਮਸੀਕਿਊਜ਼ ਉਹਨਾਂ ਨੂੰ ਜਾ ਕੇ ਅਟੈਂਪਟ ਕਰ ਸਕਦੇ ਹੋ ਤਾਂ ਜੋ ਤੁਹਾਡੀ ਵੱਧ ਤੋਂ ਵੱਧ ਪ੍ਰੈਕਟਿਸ ਹੋ ਸਕੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੈਟਲਸ ਐਂਡ ਨਾਨ ਮੈਟਲਸ ਦੀ ਪ੍ਰੋਪਰਟੀਆਂ ਦੀ ਠੀਕ ਹੈ ਸਟੂਡੈਂਟਸ ਪ੍ਰੋਪਰਟੀਆਂ ਕਾਫੀ ਇੰਪੋਰਟੈਂਟ ਨੇ ਸਪੈਸ਼ਲੀ ਪ੍ਰੋਪਰਟੀਆਂ ਦੇ ਵਿੱਚ ਜਿਹੜੀਆਂ ਐਕਸੈਪਸ਼ਨਸ ਆਉਂਦੀਆਂ ਨੇ ਨਾ ਉਹਨਾਂ ਤੋਂ ਜਿਹੜੇ ਐਮਸੀਕਿਊਜ਼ ਨੇ ਉਹ ਹਮੇਸ਼ਾ ਹੀ ਬਣ ਜਾਂਦੇ ਨੇ ਔਰ ਐਂਟਰੈਂਸ ਦੇ ਵਿੱਚ ਆਉਂਦੇ ਵੀ ਨੇ ਸੋ ਸਟਾਰਟ ਕਰਦੇ ਹਾਂ ਇਹਨਾਂ ਦੀ ਪ੍ਰੋਪਰਟੀਆਂ ਫਸਟ ਜਿਹੜੀਆਂ ਮੈਟਲਸ ਹੁੰਦੀਆਂ ਨੇ ਤਾਤਾ ਹੁੰਦੀਆਂ ਨੇ ਇਹ ਉਹ ਸੋਲਿਡ ਹੁੰਦੀਆਂ ਨੇ ਰੂਮ ਟੈਂਪਰੇਚਰ ਦੇ ਉੱਤੇ ਠੀਕ ਹੈ ਬਟ ਜਿਹੜੀਆਂ ਅਤਾਤਾਂ ਨੇ ਉਹ ਕੀ ਹੁੰਦੀਆਂ ਨੇ ਉਹ ਤਿੰਨੋਂ ਹੀ ਸਟੇਟਸ ਦੇ ਵਿੱਚ ਐਗਜ਼ਿਸਟ ਕਰ ਸਕਦੀਆਂ ਨੇ ਠੀਕ ਹੈ ਇਹ ਕੀ ਹੁੰਦੀਆਂ ਨੇ 3 ਸਟੇਟਸ ਦੇ ਵਿੱਚ ਐਗਜ਼ਿਸਟ ਕਰ ਸਕਦੀਆਂ ਨੇ ਠੀਕ ਹੈ ਮਤਲਬ ਇਹ ਸੋਲਿਡ ਵੀ ਹੋ ਸਕਦੀਆਂ ਨੇ ਗੈਸ ਵੀ ਹੋ ਸਕਦੀਆਂ ਨੇ ਤੇ ਲਿਕਵਿਡ ਵੀ ਹੋ ਸਕਦੀਆਂ ਨੇ ਠੀਕ ਹੈ ਯਾਨੀ ਕਿ ਇਹ ਠੋਸ ਵੀ ਹੋਣਗੀਆਂ द्रव ਤੇ ਗੈਸ ਵੀ ਹੋ ਸਕਦੀਆਂ ਨੇ ਠੀਕ ਹੈ ਬਟ ਜਿਹੜੀਆਂ ਧਾਤਾਂ ਹੁੰਦੀਆਂ ਨੇ ਉਹ ਸਿਰਫ ਸੋਲਿਡ ਹੁੰਦੀਆਂ ਨੇ ਬਟ ਇਹਦੇ ਵਿੱਚ ਐਕਸੈਪਸ਼ਨ ਕੀ ਹੈ ਐਕਸੈਪਸ਼ਨ ਇਹਦੇ ਵਿੱਚ ਹੈਗੀ ਹੈ ਕਿ ਜਿਹੜੀ ਮਰਕਰੀ ਹੈ ਜਾਂ ਜਿਹਨੂੰ ਅਸੀਂ ਪੰਜਾਬੀ ਚ ਪਾਰਾ ਕਹਿੰਦੇ ਆ ਇਹ ਜਿਹੜੀ ਆ ਇਹ ਰੂਮ ਟੈਂਪਰੇਚਰ ਤੇ ਲਿਕਵਿਡ ਹੈ ਹੈ ਤਾਂ ਮੈਟਲ ਹੈ ਬਟ ਰੂਮ ਟੈਂਪਰੇਚਰ ਤੇ ਕੀ ਆ ਲਿਕਵਿਡ ਹੈ ਠੀਕ ਹੈ ਦਰਵ ਹੈ ਸੋ ਇਹ ਇੱਕ ਐਗਜ਼ੈਪਸ਼ਨ ਹੈ ਹੁਣ ਕੁਐਸਚਨ ਪੇਪਰ ਦੇ ਵਿੱਚ ਕੁਐਸਚਨ ਕਿਵੇਂ ਬਣ ਸਕਦਾ ਆ ਕਿ ਕਿਹੜੀ ਇਦਾਂ ਦੀ ਧਾਤ ਹੈ ਕਿਹੜੀ ਇਦਾਂ ਦੀ ਮੈਟਲ ਹੈ ਜਿਹੜੀ ਰੂਮ ਟੈਂਪਰੇਚਰ ਤੇ ਲਿਕਵਿਡ ਹੁੰਦੀ ਹੈ ਸੋ ਆਨਸਰ ਕੀ ਆਏਗਾ ਮਰਕਰੀ ਠੀਕ ਹੈ ਨੈਕਸਟ ਦੇਖਦੇ ਆ ਇਹਨਾਂ ਦੀ ਪ੍ਰੋਪਰਟੀ ਜਿਹੜੀਆਂ ਮੈਟਲਸ ਹੁੰਨੀਆਂ ਨੇ ਉਹ ਡਕਟਾਈਲ ਹੁੰਨੀਆਂ ਨੇ ਠੀਕ ਹੈ ਮੈਲੇਬਲ ਹੁੰਨੀਆਂ ਨੇ ਐਂਡ ਟੈਂਸੀਅਸ ਹੁੰਨੀਆਂ ਨੇ ਭਾਵ ਕਿ ਜਿਹੜੀਆਂ ਮੈਟਲਸ ਹੁੰਨੀਆਂ ਨੇ ਧਾਤਾਂ ਹੁੰਦੀਆਂ ਨੇ ਇਹਨਾਂ ਨੂੰ ਕੁਟਿਆ ਜਾ ਸਕਦਾ ਇਹਨਾਂ ਵਿੱਚ ਕੁਟੀਨ ਯੋਗਤਾ ਤੇ ਕੀ ਚੀਣੀ ਯੋਗਤਾ ਇਹ ਪ੍ਰੋਪਰਟੀ ਇਹਨਾਂ ਦੇ ਕੋਲ ਹੁੰਦੀਆਂ ਨੇ ਠੀਕ ਹੈ ਬਟ ਜਿਹੜੀਆਂ ਅਤਾਤਾ ਹੁੰਦੀਆਂ ਨੇ ਇਸ ਫੌਫਟ ਹੁੰਦੀਆਂ ਨੇ ਠੀਕ ਹੈ ਉਤੋਂ ਬਾਅਦ ਗੱਲ ਕਰਦੇ ਆ ਇਹਨਾਂ ਦੀ ਲਸਟਰ ਦੀ ਜਿਹੜੀਆਂ ਮੈਟਲਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਲਸਟਰ ਜਿਹੜੀ ਪ੍ਰੋਪਰਟੀ ਆ ਉਹ ਹੁੰਦੀ ਹੈ ਮਤਲਬ ਕਿ ਇਹਨਾਂ ਦੇ ਵਿੱਚ ਚਮਕ ਹੁੰਦੀ ਹੈ ਠੀਕ ਹੈ ਤਾਤਾਂ ਜਿਹੜੀਆਂ ਆ ਉਹ ਚਮਕੀਲੀਆਂ ਹੁੰਦੀਆਂ ਨੇ ਠੀਕ ਹੈ ਔਰ ਜਿਹੜੀਆਂ ਉਹ ਤਾਤਾਂ ਨੇ ਇਹਨਾਂ ਦੇ ਕੋਲ ਕੋਈ ਚਮਕ ਜੜੀ ਆ ਉਹ ਨਹੀਂ ਹੁੰਦੀ ਠੀਕ ਆ ਦੇ ਹੈਵਨਟ ਲਸਟਰ ਇਹਨਾਂ ਦੇ ਕੋਲ ਜਿਹੜਾ ਇਹ ਗੁਣਾ ਹੈ ਇਹ ਨਹੀਂ ਹੁੰਦਾ ਠੀਕ ਹੈ ਬਟ ਹੁਣ ਇਹਦੇ ਵਿੱਚ ਵੀ ਦੋ ਐਕਸੈਪਸ਼ਨਸ ਨੇ ਸਾਡੇ ਕੋਲ ਐਕਸੈਪਟ ਪੀ ਐਕਸੈਪਸ਼ਨਸ ਨੇ ਇਹ ਡਾਇਮੰਡ ਹੈ ਗ੍ਰੇਫਾਈਟ ਹੈ ਤੇ ਆਇਓਡੀਨ ਹੈ ਇਹਨਾਂ ਦੀ ਬੜੀ ਚਮਕ ਹੁੰਦੀ ਹੈ ਐਕਸੈਪਸ਼ਨਸ ਕੀ ਆ ਜਾਣਗੀਆਂ ਡਾਇਮੰਡ ਗ੍ਰੇਫਾਈਟ ਐਂਡ ਆਇਓਡੀਨ ਇਹਨਾਂ ਤਿੰਨਾਂ ਦੀ ਕੀ ਆ ਚਮਕ ਹੁੰਦੀ ਹੈ ਜਦ ਕੀ ਅਸੀਂ ਕਹਿੰਦੇ ਹਾਂ ਕਿ ਸੜੀਆਂ ਅਤਾਤਾ ਹੁੰਦੀਆਂ ਨੇ ਉਹਨਾਂ ਦੀ ਕੋਈ ਚਮਕ ਨਹੀਂ ਹੁੰਦੀ ਉਹਨਾਂ ਦੇ ਕੋਈ ਲਸਟਰਨੈਸ ਨਹੀਂ ਹੁੰਦੀ ਬਟ ਐਕਸੈਪਸ਼ਨਸ ਕੀ ਨੇ ਡਾਇਮੰਡ ਦੀ ਚਮਕ ਹੁੰਦੀ ਹੈ ਡਾਇਮੰਡ ਕੀ ਹੈ ਅਤਾਤ ਹੈ ਗ੍ਰੇਫਾਈਟ ਕੀ ਹੈ ਅਤਾਤਾ ਬਟੇ ਦੀ ਚਮਕ ਹੁੰਦੀ ਹੈ ਸੋ ਇਹ ਦੀਆਂ ਐਕਸੈਪਸ਼ਨਸ ਨੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਜਿਹੜੀਆਂ ਐਕਸੈਪਸ਼ਨਸ ਨੇ ਉਹ ਬਹੁਤ ਇੰਪੋਰਟੈਂਟ ਹੁੰਦੀਆਂ ਨੇ ਔਰ ਐਕਸੈਪਸ਼ਨਸ ਆਉਂਦੀਆਂ ਹੀ ਆਉਂਦੀਆਂ ਨੇ ਕੁਐਸਚਨ ਜਿਹੜੇ ਆ ਉਹ ਐਕਸੈਪਸ਼ਨਸ ਤੋਂ ਹੀ ਬੰਦੇ ਨੇ ਉਹ ਤੋਂ ਬਾਅਦ ਗੱਲ ਕਰਦੇ ਹਾਂ ਕੰਡਕਟਰ ਆਫ ਹੀਟ ਐਂਡ ਇਲੈਕਟ੍ਰਿਸਿਟੀ ਦੇ ਜਿਹੜੀਆਂ ਮੈਟਲਸ ਹੁੰਦੀਆਂ ਨੇ ਉਹ ਗੁੱਡ ਕੰਡਕਟਰ ਆਫ ਹੀਟ ਹੁੰਦੀਆਂ ਨੇ ਐਂਡ ਇਲੈਕਟ੍ਰਿਸਿਟੀ ਮਤਲਬ ਬਿਜਲੀ ਦੀਆਂ ਸੁਚਾਲਕ ਹੁੰਦੀਆਂ ਨੇ ਤਾਤਾ ਠੀਕ ਹੈ ਔਰ ਜਿਹੜੀਆਂ ਅਤਾਤਾ ਨੇ ਉਹ ਕੀ ਹੁੰਦੀਆਂ ਨੇ ਬੈਡ ਕੰਡਕਟਰ ਆਫ ਹੀਟ ਮਤਲਬ ਬਿਜਲੀ ਤੇ ਹੀਟ ਦੀਆਂ ਕੁਚਾਲਕ ਹੁੰਦੀਆਂ ਨੇ ਬਟ ਇਹਨਾਂ ਦੇ ਵਿੱਚ ਵੀ ਹੁਣ ਐਕਸੈਪਸ਼ਨਸ ਐ ਕਿਹੜੀ ਇਦਾਂ ਦੀ ਮੈਟਲ ਐ ਜਿਹੜੀ ਬਿਜਲੀ ਦੀ ਬੈਡ ਕੰਡਕਟਰ ਐ ਤਾਂ ਇਹਦੀ ਐਕਸੈਪਸ਼ਨ ਕੀ ਐ ਬਿਸਮਿਊਥ ਇਹ ਇੱਕ ਇਦਾਂ ਦੀ ਧਾਤ ਹੈ ਜਿਹੜੀ ਬਿਜਲੀ ਦੀ ਕੁਚਾਲਕ ਹੈ ਠੀਕ ਹੈ ਔਰ ਇਹਦੇ ਵਿੱਚ ਵੀ ਕੁਝ ਐਕਸੈਪਸ਼ਨਸ ਹੈਗੀਆਂ ਨੇ ਕਿਹੜੀਆਂ ਇਦਾਂ ਦੀਆਂ ਨੋਨ ਮੈਟਲਸ ਨੇ ਜਿਹੜੀਆਂ ਗੁੱਡ ਕੰਡਕਟਰ ਆਫ ਹੀਟਸ ਐਂਡ ਟੈਂਪਰੇਚਰ ਨੇ ਜਿਵੇਂ ਗ੍ਰੇਫਾਈਟ ਹੈ ਤੁਸੀਂ ਪਹਿਲਾਂ ਹੀ ਸੁਣਿਆ ਹੋਵੇਗਾ ਗ੍ਰੇਫਾਈਟ ਦੇ ਬਾਰੇ ਜਿਹੜੀ ਸਾਡੇ ਪੈਨਸਿਲ ਦੇ ਅੱਗੇ ਲਿਖਣ ਵਾਲੀ ਚੀਜ਼ ਹੁੰਦੀ ਹੈ ਬਲੈਕ ਉਹ ਕੀ ਹੈ ਗ੍ਰੇਫਾਈਟ ਹੁੰਦੀ ਹੈ ਉਹ ਬਿਜਲੀ ਦੀ ਸੁਚਾਲਕ ਹੈ ਹੈ ਉਹ ਕੀ ਆ ਉਦਾਤ ਠੀਕ ਹੈ ਸੋ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਕੁਐਸਚਨ ਕਾਫੀ ਵਾਰੀ ਆਇਆ ਵੀ ਹੋਇਆ ਹੈ ਠੀਕ ਹੈ ਗ੍ਰੇਫਾਈਟ ਐਕਸੈਪਸ਼ਨ ਯਾਦ ਰੱਖਣੀ ਹੈ ਉਸ ਤੋਂ ਇਲਾਵਾ ਇਹਨਾਂ ਦੇ ਬੋਇਲਿੰਗ ਪੁਆਇੰਟਸ ਦੀ ਗੱਲ ਕਰਦੇ ਹਾਂ ਜਿਹੜੇ ਮੈਟਲਸ ਹੁੰਦੇ ਨੇ ਇਹਨਾਂ ਦੇ ਹਾਈ ਬੋਇਲਿੰਗ ਪੁਆਇੰਟਸ ਹੁੰਦੇ ਨੇ ਹਾਈ ਬੋਇਲਿੰਗ ਪੁਆਇੰਟਸ ਐਂਡ ਮੈਲਟਿੰਗ ਪੁਆਇੰਟਸ ਐਂਡ ਜਿਹੜੇ ਅਦਾਤਾਂ ਹੁੰਦੀਆਂ ਨੇ ਨੋਨ ਮੈਟਲਸ ਹੁੰਦੀਆਂ ਨੇ ਇਹਨਾਂ ਦੇ ਜਿਹੜੇ ਬੋਇਲਿੰਗ ਪੁਆਇੰਟਸ ਨੇ ਤੇ ਮੈਲਟਿੰਗ ਪੁਆਇੰਟਸ ਨੇ ਉਹ ਲੋ ਹੁੰਦੇ ਨੇ ਠੀਕ ਹੈ ਤੁਸੀਂ ਜਸਟ ਇੰਨਾ ਯਾਦ ਰੱਖਣਾ ਹੈ ਉਹ ਤੋਂ ਬਾਅਦ ਤੁਸੀਂ ਕੀ ਯਾਦ ਰੱਖਣਾ ਹੈ ਹੁਣ ਸਾਨੂੰ ਪਤਾ ਹੈ ਕਿ ਮੈਟਲਸ ਕੀ ਹੁੰਦੀਆਂ ਸੀ ਫਸਟ ਪਹਿਲਾਂ ਹੀ ਪੁਆਇੰਟ ਵਿੱਚ ਪੜ ਕੇ ਆਏ ਆ ਕਿ ਮੈਟਲਸ ਕੀ ਨੇ ਹਾਰਡ ਨੇ ਠੀਕ ਹੈ ਬਟ ਕਿਹੜੀਆਂ ਇਦਾਂ ਦੀਆਂ ਮੈਟਲਸ ਨੇ ਜਿਹੜੀਆਂ ਨਾਈਫ ਨਾਲ ਕੱਟੀਆਂ ਜਾ ਸਕਦੀਆਂ ਨੇ ਠੀਕ ਹੈ ਉਹ ਹੈ ਸੋਡੀਅਮ ਤੇ ਪੋਟਾਸ਼ੀਅਮ ਪਾਸੇ ਤੋਏ ਕੰਮ ਕਰਨੇ ਆ ਐਂਡ ਇਹ ਜਿਹੜੀਆਂ ਨੇ ਮੈਟਲਸ ਨੇ ਇਹਨਾਂ ਨੂੰ ਅਸੀਂ ਨਾਇਪ ਤੇ ਨਾਲ ਕੱਟ ਕਰ ਸਕਦੇ ਹਾਂ ਇਹਨੀਆਂ ਸੌਫਟ ਹੁੰਦੀਆਂ ਨੇ ਔਰ ਨੋਨ ਮੈਟਲਸ ਅਸੀਂ ਪੜ ਕੇ ਆਏ ਕਿ ਇਹ ਕੀ ਹੈ ਇਹ ਸੌਫਟ ਹੁੰਦੀਆਂ ਨੇ ਠੀਕ ਹੈ ਬਟ ਜਿਹੜਾ ਡਾਇਮੰਡ ਹੈ ਉਹ ਹਾਰਡੇਸਟ ਨੇਚਰਲ ਸਬਸਟੈਂਸ ਹੈ ਸੋ ਇਹ ਦੀ ਐਕਸੈਪਸ਼ਨ ਹੈ ਯਾਦ ਰੱਖਣੀ ਹੈ ਨੈਕਸਟ ਗੱਲ ਕਰਦੇ ਆ ਇਹਨਾਂ ਦੀ ਕੈਮੀਕਲ ਪ੍ਰੋਪਰਟੀਆਂ ਦੀ ਕੈਮੀਕਲ ਪ੍ਰੋਪਰਟੀਆਂ ਦੇ ਵਿੱਚ ਕੀ ਆ ਜਾਏਗਾ ਕੁਝ ਰਿਐਕਸ਼ਨਸ ਆ ਜਾਣਗੀਆਂ ਜਿਵੇਂ ਜਿਹੜੀਆਂ ਮੈਟਲਸ ਨੇ धाता ने जो ये ऑक्सीजन रिएक्ट कर दया ने तो यातवी ऑक्साइड बना ठीक है ओबियसली जी गल है एक कॉमन रिएक्शन है एक कि जो धात ऑक्सीजन रिएक्ट करती है तो यह मिलकर की बनावी ऑक्साइड मैटल रिएक्ट कर दी ऑक्सीजन ना मैटल ऑक्साइड बनाएगी एक एग्जाम्पल देखते हैं जिमें कोई मैटल लेंगे दैट इज़ असी मैगनीशियम लेंगे ਜਦੋਂ ম্যাগਨੀਸ਼ੀਅਮ ਨੇ ਆਕਸੀਜਨ ਨਾਲ ਰिएक्ट ਕੀਤਾ ਤੇ ਇੱਕ ਹੀ ਬਣਾਏਗੀ ম্যাগਨੀਸ਼ੀਅਮ ਆਕਸਾਈਡ ਠੀਕ ਹੈ ਇਹਦੀ एग्जांपल ਹੋਗੀ ਇਸ ਤੋਂ ਇਲਾਵਾ ਇਸ ਤੋਂ ਬਾਅਦ ਇੱਕ ਇੰਪੋਰਟੈਂਟ ਟਾਪਿਕ ਹੈ दैट इज ਐਮਫੋਟੈરિક ਆਕਸਾਈਡ ਐਮਫੋਟੈરિક ਆਕਸਾਈਡਸ ਕੀ ਹੁੰਦੀ ਨੇ ਠੀਕ ਹੈ ਉਹ ਤਾਤਵੀ ਆਕਸਾਈਡ ਹੁੰਦੀ ਨੇ ਜਿਹੜੇ ਤੇਜਾਬਾਂ ਤੇ ਖਾਰਾਂ ਦੋਨਾਂ ਨਾਲ ਪ੍ਰਤੀਕਿਰਿਆ ਕਰਕੇ ਲੂਣ पानी बनाते ठीक है ये कि होंगे ने ऑक्साइडस होंगे ने जड़े बेस और एसिड्स दोवें न रिएक्ट करके सॉल्ट एंड वाटर बनाते हैं ठीक है याद रखना एम्फोटेरिक ऑक्साइड, ये इंपॉर्टेंट टॉपिक है एक कि एम्फोटेरिकसाइड्स की होंगे ने ਉਹ ਆਕਸਾਈਡ ਜੋ ਬੇਸ ਤੇ ਐਸਿਡ ਖਾਰ ਤੇ ਤੇਜਾਬ ਨਾਲ ਰिएक्ट ਕਰਕੇ ਸాల్ਟ ਤੇ ਵਾਟਰ ਬਣਾਉਂਦੇ ਨੇ ਠੀਕ ਹੈ ਉਹਨਾਂ ਨੂੰ ਕੀ ਕਹਿੰਦੇ ਆ ਐਮਪੋਟੈਰਿਕ ਆਕਸਾਈਡਸ ਹੁਣ ਕੁਝ ਸਾਡੇ ਕੋਲ ਇਦਾਂ ਦੀਆਂ ਮੈਟਲਸ ਨੇ ਜਿਹੜੀਆਂ ਨਾ ਹੀ ਦਾ ਠੰਡੇ ਪਾਣੀ ਨਾਲ ਰिएक्ट ਕਰਦੀਆਂ ਨੇ ਨਾ ਹੀ ਦਾ ਗਰਮ ਪਾਣੀ ਨਾਲ ਰिएक्ट ਕਰਦੀਆਂ ਨੇ ਉਹ ਹੈਗੀਆਂ ਨੇ ਜਿਵੇਂ ਐਲੂਮੀਨੀਅਮ ਠੀਕ ਹੈ ਆਇਰਨ ਹੈ ਸਾਡੇ ਕੋਲ ਔਰ ਜ਼ਿੰਕ ਹੈ ਇਹ ਇਦਾਂ ਦੀਆਂ ਮੈਟਲਸ ਨੇ ਜਿਹੜੀਆਂ ਨਾ ਤਾਂ ਗਰਮ ਪਾਣੀ ਨਾਲ ਰਿਐਕਟ ਕਰਦੀਆਂ ਨੇ ਨਾ ਹੀ ਠੰਡੇ ਪਾਣੀ ਨਾਲ ਰਿਐਕਟ ਕਰਦੀਆਂ ਨੇ ਇਹ ਵੀ ਤੁਸੀਂ ਯਾਦ ਰੱਖਣਾ ਹੈ। ਇਹ ਤੋਂ ਬਾਅਦ ਇਹਦੇ ਵਿੱਚ ਜਿਹੜਾ ਮੋਸਟ ਇੰਪੋਰਟੈਂਟ ਇੱਕ ਟੌਪਿਕ ਆਉਂਦਾ ਹੈ that is ਰਿਐਕਟਿਵਿਟੀ ਸੀਰੀਜ਼। ਕਿਰਿਆਸ਼ੀਲਤਾ ਲੜੀ। ਇਹਦੇ ਵਿੱਚ ਇੰਪੋਰਟੈਂਟ ਟੌਪਿਕ ਹੈ ਇੰਪੋਰਟੈਂਟ ਕਿਉਂ ਕਿ ਕਿਉਂਕਿ ਇਹਦੀ ਹੈਲਪ ਦੇ ਨਾਲ ਤੁਹਾਡੇ ਫਰਸਟ ਚੈਪਟਰ ਸੈਕਿੰਡ ਚੈਪਟਰ ਦੇ ਵਿੱਚੜੇ ਰਿਐਕਸ਼ਨਸ ਨੇ ਉਹ ਹੁੰਦੇ ਨੇ। ਠੀਕ ਹੈ? ਸੋ ਇਹ ਕਿਰਿਆ ਸ਼ੀਲ ਦਾ ਲੈਡ ਬਹੁਤ ਇੰਪੋਰਟੈਂਟ ਆ ਇਹ ਅਸੀਂ ਐਕਸਪਲੇਨ ਕੀਤੀ ਹੋਈ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਇਹਦਾ ਲਿੰਕ ਮਿਲ ਜੇਗਾ ਔਰ ਇੱਕ ਟ੍ਰਿਕ ਜੜੀ ਹੈ ਉਹ ਵੀ ਸ਼ੇਅਰ ਕੀਤੀ ਗਈ ਹੈ ਕਿ ਕਿਵੇਂ ਤੁਸੀਂ ਜਿਹੜੀ ਰिएक्टਿਵਿਟੀ ਸੀਰੀਜ਼ ਹੈ ਉਹਨੂੰ ਯਾਦ ਕਰਨਾ ਹੈ ਤਾਂ ਡਿਸਕ੍ਰਿਪਸ਼ਨ ਬਾਕਸੇ ਜਾ ਕੇ ਵੀਡੀਓ ਨੂੰ ਜ਼ਰੂਰ ਦੇਖੋ ਤਾਂ ਜੇ ਤੁਹਾਨੂੰ ਜਿਹੜਾ ਰिएक्टਿਵਿਟੀ ਸੀਰੀਜ਼ ਹੈ ਉਹ इजीली ਯਾਦ ਹੋ ਜਾਏਗੀ ਆਈ ਥਿੰਕ ਮੈਂ ਜਿੰਨੇ ਟੌਪਿਕ ਹੈਗੇ ਸੀ ਜਿਨ੍ਹਾਂ ਤੋਂ MCQ ਬਣ ਸਕਦੇ ਸੀ ਉਹ ਸਾਰੇ ਡਿਸਕਸ ਕਰ ਚੁੱਕਾ ਹਾਂ ਇਸ ਚੈਪਟਰ ਦੇ ਤੋ ਜੇ ਕੋਈ ਕੁਐਸ਼ਨਸ ਰਹਿੰਦੇ ਹੋਏ ਇਹਨਾਂ ਚੈਪਟਰਸ ਦੀਆਂ ਇੱਕ ਵੀਡੀਓਜ਼ ਬਣਾਈਆਂ ਜਾਣਗੀਆਂ ਜਿਨ੍ਹਾਂ ਦੇ ਵਿੱਚ ਸਿਰਫ ਕੁਐਸ਼ਨ ਡਿਸਕਸ ਕੀਤੇ ਜਾਣਗੇ ਜਿਹੜੀਆਂ ਹੁਣ ਵੀ ਅਸੀਂ ਵੀਡੀਓ ਬਣਾ ਰਹੇ ਆਂ ਇਹਨਾਂ ਵੀਡੀਓਜ਼ ਦੇ ਵਿੱਚ ਟੌਪਿਕ ਐਕਸਪਲੇਨ ਕੀਤੇ ਜਾਂਦੇ ਨੇ ਤਾਂ ਟੈਲੀਗ੍ਰਾਮ ਚੈਨਲ ਦੇ ਉੱਤੇ ਇਸ ਟੌਪਿਕ ਨਾਲ ਰਿਲੇਟਡ ਕੁਇਜ਼ ਜਿਹੜਾ ਆ ਅੱਜ 7 ਵਜੇ ਤੁਹਾਨੂੰ ਮਿਲ ਜਾਏਗਾ ਠੀਕ ਹੈ ਔਰ ਇਹ ਤੋਂ ਬਾਅਦ ਇਹਨਾਂ ਕੁਝ ਚੈਪਟਰਸ ਦੀਆਂ ਜਿਹੜੀਆਂ ਨਹੀਂ ਉਹ ਸਿਰਫ ਕੁਐਸ਼ਨਸ ਐਕਸਪਲੇਨ ਕੀਤੇ ਜਾਣਗੇ ਵੀਡੀਓਜ਼ ਦੇ ਵਿੱਚ ਠੀਕ ਹੈ ਸੋ ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਸਾਡੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ Thank you for watching. Keep subscribing our channel. Thank you.